ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਚਿਕਨ ਦੀ ਇੱਕ ਹੋਰ ਨਵੀਂ ਰੈਸਿਪੀ ਲੈ ਕੇ ਆਏ ਹਾਂ ਚਿਲੀ ਚਿਕਨ ਜਿਹਨੂੰ ਅਸੀਂ ਘਰੇ ਹੀ ਰੈਸਟੋਰੈਂਟ ਵਾਂਗੂ ਬਣਾਵਾਂਗੇ ਤਾਂ ਚਲੋ ਫਿਰ ਇਹਨੂੰ ਬਣਾਉਣਾ ਅਸੀਂ ਸ਼ੁਰੂ ਕਰਦੇ ਹਾਂ ਅਤੇ ਦੇਖਦੇ ਹਾਂ ਅਸੀਂ ਇਹਦੇ ਵਿੱਚ ਕੀ ਪਏਗਾ ਸਭ ਤੋਂ ਪਹਿਲਾਂ ਅਸੀਂ 250 ਗ੍ਰਾਮ ਬੋਨਲੈਸ ਚਿਕਨ ਲਿਆ ਹੈ ਇਹਨੂੰ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਿਆ ਅਸੀਂ ਮੈਰੀਨੇਟ ਕਰਾਂਗੇ ਉਹਦੇ ਲਈ ਅਸੀਂ ਇੱਕ ਵੱਡਾ ਚਮਚਾ ਲਸਣ ਅਦਰਕ ਦਾ ਪੇਸਟ ਲਿਆ ਹੈ ਅਤੇ ਅੱਧਾ ਛੋਟਾ ਚਮਚ ਅਸੀਂ ਇਹਦੇ ਵਿੱਚ ਲੂਣ ਪਾਵਾਂਗੇ ਅਤੇ ਅੱਧਾ ਛੋਟਾ ਚਮਚ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਚਿਕਨ ਦੇ ਵਿੱਚ ਕੋਟ ਕਰ ਲਵਾਂਗੇ ਆਹ ਦੇਖੋ ਇਸ ਤਰੀਕੇ ਨਾਲ ਹੁਣ ਅਸੀਂ ਇਹਦੇ ਵਿੱਚ ਇੱਕ ਐੱਗ ਤੋੜ ਕੇ ਪਾਵਾਂਗੇ ਅਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਮਿਕਸ ਕਰ ਲਵਾਂਗੇ ਇਹ ਘਰੇ ਬਹੁਤ ਹੀ ਸਸਤਾ ਬਣ ਜਾਂਦਾ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਕੋਰਨਫਲੋਰ ਦਾ ਅਤੇ ਇੱਕ ਚਮਚਾ ਅਸੀਂ ਮੈਦੇ ਦਾ ਪਾਵਾਂਗੇ ਅਤੇ ਇਹਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਹ ਦੇਖੋ ਸਾਡਾ ਚਿਕਨ ਹੁਣ ਮੈਰੀਨੇਟ ਹੋ ਚੁੱਕਿਆ ਹੈ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਉਹਦੇ ਲਈ ਅਸੀਂ ਇੱਕ ਕੜਾਹੀ ਦੇ ਵਿੱਚ ਤੇਲ ਪਾ ਲਿਆ ਹੈ ਜਦ ਸਾਡਾ ਤੇਲ ਗਰਮ ਹੋ ਜੂਗਾ ਫਿਰ ਅਸੀਂ ਟੂਥਪਿਕ ਦੀ ਹੈਲਪ ਦੇ ਨਾਲ ਚਿਕਨ ਦੇ ਪੀਸ ਇਹਦੇ ਵਿੱਚ ਪਾ ਦੇਵਾਂਗੇ ਤੇਲ 'ਚ ਅਤੇ ਇਹਨੂੰ ਚੰਗੀ ਤਰ੍ਹਾਂ ਨਾਲ ਗੋਲਡਨ ਬਰਾਊਨ ਹੋਣ ਤੱਕ ਅਸੀਂ ਪਕਾਵਾਂਗੇ ਗੈਸ ਦਾ ਫਲੇਮ ਅਸੀਂ ਮੀਡੀਅਮ ਰੱਖਣਾ ਹੈ ਆਪਾਂ ਇਹਨੂੰ ਫੁੱਲ ਗੈਸ 'ਤੇ ਨਹੀਂ ਪਕਾਉਣਾ ਹੈ ਜਦ ਤੱਕ ਸਾਡਾ ਚਿਕਨ ਗੋਲਡਨ ਬਰਾਊਨ ਹੋ ਰਿਹਾ ਹੈ ਉਦੋਂ ਤੱਕ ਅਸੀਂ ਇਹਦੀ ਹੋਰ ਤਿਆਰੀ ਕਰ ਲੈਂਦੇ ਹਾਂ ਅਸੀਂ ਇਹਦੇ ਲਈ ਸੌਸ ਤਿਆਰ ਕਰ ਰਹੇ ਹਾਂ ਉਹਦੇ ਲਈ ਅਸੀਂ 1 ਕੱਪ ਪਾਣੀ ਦਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ 1 ਚਮਚ ਸਿਰਕਾ ਪਾਵਾਂਗੇ ਅਤੇ 1 ਚਮਚ ਅਸੀਂ ਇਹਦੇ ਵਿੱਚ ਟਮੈਟੋ ਕੈਚਅਪ ਪਾਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ 1 ਤੋਂ 2 ਚਮਚੇ ਕੋਰਨਫਲੋਰ ਦੇ ਪਾਵਾਂਗੇ ਉਹ ਵੀ ਅਸੀਂ ਪਾਣੀ ਦੇ ਵਿੱਚ ਮਿਕਸ ਕਰ ਲਵਾਂਗੇ ਅਤੇ 1 ਚਮਚਾ ਅਸੀਂ ਇਹਦੇ ਵਿੱਚ ਸੋਇਆ ਸੌਸ ਦਾ ਪਾਇਆ ਹੈ ਅਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਮਿਕਸ ਕਰ ਲਵਾਂਗੇ ਹੁਣ ਅਸੀਂ ਇਹਦੇ ਲਈ ਤੜਕਾ ਤਿਆਰ ਕਰਾਂਗੇ ਉਹਦੇ ਲਈ ਅਸੀਂ 1 ਚਮਚਾ ਤੇਲ ਦਾ ਪੈਨ ਦੇ ਵਿੱਚ ਪਾ ਦਿੱਤਾ ਹੈ ਫਿਰ ਇਹਦੇ ਵਿੱਚ ਕੱਟਿਆ ਹੋਇਆ ਲਸਣ ਅਦਰਕ ਅਤੇ ਹਰਾ ਪਿਆਜ਼ ਪਾ ਦੇਵਾਂਗੇ ਅਤੇ ਇਹਨੂੰ 1 ਤੋਂ 2 ਮਿੰਟ ਲਈ ਅਸੀਂ ਭੁੰਨਾਂਗੇ ਅਸੀਂ ਇਹਦੇ ਵਿੱਚ ਲਾਲ ਸ਼ਿਮਲਾ ਮਿਰਚ ਹਰੀ ਸ਼ਿਮਲਾ ਮਿਰਚ ਅਤੇ ਪਿਆਜ਼ ਪਾਏ ਨੇ ਪਿਆਜ਼ ਨੂੰ ਅਸੀਂ ਇਸ ਤਰੀਕੇ ਨਾਲ ਬਲਬ ਸ਼ੇਪ ਦੇ ਵਿੱਚ ਕੱਟ ਲਿਆ ਹੈ ਅਤੇ ਅਸੀਂ ਇਹਨੂੰ ਜ਼ਿਆਦਾ ਓਵਰ ਕੁੱਕ ਨਹੀਂ ਕਰਨਾ ਹੈ ਅਸੀਂ ਇਹਨੂੰ ਕਰੰਚੀ ਹੀ ਰੱਖਣਾ ਹੈ ਆਹ ਦੇਖੋ ਸਾਡੀ ਸਬਜ਼ੀਆਂ 1 ਤੋਂ 2 ਮਿੰਟ ਦੇ ਵਿੱਚ ਭੁੰਨ ਕੇ ਤਿਆਰ ਹੋ ਗਈਆਂ ਨੇ ਹੁਣ ਅਸੀਂ ਜਿਹੜੀ ਸੌਸ ਬਣਾਈ ਸੀਗੀ ਉਹ ਇਹਦੇ ਵਿੱਚ ਪਾ ਦੇਵਾਂਗੇ ਜਦ ਤੁਸੀਂ ਇਹ ਚਿਲੀ ਚਿਕਨ ਖਾਓਗੇ ਅਤੇ ਇਹਦੇ ਨਾਲ ਸਬਜ਼ੀਆਂ ਖਾਓਗੇ ਜਦ ਇਹਦਾ ਕਰੰਚੀ ਬਾਈਟ ਆਊਗੀ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗੀ ਹੁਣ ਅਸੀਂ ਇਹਦੇ ਵਿੱਚ 1/2 ਚਮਚਾ ਕਾਲੀ ਮਿਰਚ ਦਾ ਅਤੇ ਟੇਸਟ ਦੇ ਅਕੋਰਡਿੰਗ ਅਸੀਂ ਇਹਦੇ ਵਿੱਚ ਸਾਲਟ ਪਾਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਹ ਦੇਖੋ ਹੁਣ ਸਾਡੀ ਸੌਸ ਦੇ ਵਿੱਚ ਬੋਇਲ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਅਸੀਂ ਇਹਦੇ ਵਿੱਚ ਫਰਾਈ ਕੀਤਾ ਹੋਇਆ ਚਿਕਨ ਪਾ ਦੇਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਨਾਲ ਸੌਸ ਦੇ ਵਿੱਚ ਕੋਟ ਕਰਾਂਗੇ ਤਾਂ ਕਿ ਸਾਡੇ ਚਿਕਨ ਦੇ ਵਿੱਚ ਸੌਸ ਦਾ ਸਾਰਾ ਫਲੇਵਰ ਆ ਜਾਵੇ ਆਹ ਦੇਖੋ ਲੱਗ ਰਿਹਾ ਹੈ ਨਾ ਬਿਲਕੁਲ ਰੈਸਟੋਰੈਂਟ ਸਟਾਈਲ ਜਿਵੇਂ ਆਪਾਂ ਰੈਸਟੋਰੈਂਟ ਤੋਂ ਲੈ ਕੇ ਆਏ ਹੋਵੇ ਹੁਣ ਅਸੀਂ ਇਹਨੂੰ 3 ਤੋਂ 4 ਮਿੰਟ ਲਈ ਹੋਰ ਭੁੰਨਾਂਗੇ ਤਾਂ ਕਿ ਸਾਡੇ ਸਾਰੇ ਸੌਸ ਦਾ ਫਲੇਵਰ ਚਿਕਨ ਦੇ ਵਿੱਚ ਆ ਜਾਵੇ ਆਹ ਦੇਖੋ ਹੁਣ ਬੋਇਲ ਆਉਣ ਲੱਗ ਗਿਆ ਹੈ ਅਤੇ ਗੈਸ ਅਸੀਂ ਹੁਣ ਬੰਦ ਕਰ ਦੇਵਾਂਗੇ ਅਸੀਂ ਸਾਰਾ ਪ੍ਰੋਸੈਸ ਇਹ ਮੀਡੀਅਮ ਗੈਸ 'ਤੇ ਹੀ ਰੱਖਣਾ ਹੈ ਹੁਣ ਅਸੀਂ ਇਹਨੂੰ 1 ਬਾਊਲ ਦੇ ਵਿੱਚ ਸਰਵ ਕਰਾਂਗੇ ਆਹ ਲਓ ਜੀ ਸਾਡਾ ਚਿਲੀ ਚਿਕਨ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਚਿਲੀ ਚਿਕਨ ਦੀ ਰੈਸਿਪੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਅਤੇ ਮੈਨੂੰ ਕਮੈਂਟ ਕਰ ਦੱਸੋ ਕਿ ਤੁਹਾਨੂੰ ਇਹ ਚਿਲੀ ਚਿਕਨ ਦੀ ਰੈਸਿਪੀ ਕਿਹੋ ਜਿਹੀ ਲੱਗੀ ਫਿਰ ਆਊਂਗੀ 1 ਹੋਰ ਰੈਸਿਪੀ ਲੈ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ